ਹੈਲੋ ਬੀਐਡ ਫਰਸਟ ਸਮੈਸਟਰ ਦੇ ਸਟੂਡੈਂਟਸ ਤੁਹਾਨੂੰ ਪਤਾ ਹੀ ਹੈ ਜੀ ਮੈਂ ਤੁਹਾਨੂੰ ਨੋਟਸ ਤੁਹਾਨੂੰ ਪ੍ਰੋਵਾਈਡ ਕਰਵਾ ਰਹੀ ਹਾਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿ ਤੁਹਾਡੇ ਤੱਕ ਨੋਟਸ ਪਹੁੰਚ ਸਕਣ ਸੁਹਿੰਦਰਲੀ ਕੋਸ਼ਿਸ਼ ਕਰ ਰਹੀ ਹਾਂ ਸੋ ਅੱਜ ਦੇ ਜੋ ਨੋਟਸ ਹੋਣਗੇ ਜੀ ਉਹ ਆਪਣੇ ਹੈਗੇ ਆ ਜੀ ਟੈਕਨੀਕਸ ਆਫ ਟੀਚਿੰਗ ਤੁਹਾਨੂੰ ਪਤਾ ਹੀ ਹੈ ਜੀ ਮੈਂ ਤੁਹਾਨੂੰ ਸ philosophical basis of education growth and development of the learner pedagogy of social studies ਤੇ ਜਿਹੜੇ ਨੋਟਸ ਹੈ ਜੀ ਉਹ ਤੁਹਾਨੂੰ ਮੈਂ ਪ੍ਰੋਵਾਈਡ ਹੈ ਉਹ ਕਰਵਾ ਚੁੱਕੀ ਆ ਤੇ ਅੱਜ ਤੁਹਾਨੂੰ ਜਿਹੜਾ ਟੈਕਨੀਕਸ ਆਫ ਟੀਚਿੰਗ ਤੇ ਮੈਂ ਪ੍ਰੋਵਾਈਡ ਕਰवाने ਆ ਨੋਟਸ ਤੁਹਾਨੂੰ ਤੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਜੀ ਲਿੰਕ ਜਿਹੜਾ ਜੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਹੈ ਜੀ ਦੇਖ ਲਓ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਹੈ ਜਦੋਂ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਨੋਟਸ ਡਾਊਨਲੋਡ ਕਰਨ ਲਈ ਕਰਦੇ ਹੋ ਨਾ ਫਿਰ ਤਾਂ ਸਹੀ ਕਰਿਆ ਕਰੋ ਆਪਣੀ ਮੇਲ ਆਈਡੀ ਆਪਣਾ ਮੋਬਾਈਲ ਨੰਬਰ ਆਪਣਾ ਨੇਮ ਠੀਕ ਹੈ ਫੇਰ ਹੀ ਤੁਹਾਨੂੰ ਸਹੀ ਤਰੀਕੇ ਦੇ ਨਾਲ ਜਿਹੜੇ ਨੋਟਸ ਹੈ ਜੀ ਉਹ ਮੇਲ ਪਾਉਣਗੇ ਜੀ ਇਹ ਸੈਸ਼ਨ ਹੈਗਾ ਜੀ 2023 ਤੇ 24 ਠੀਕ ਹੈ 2023 24 ਦੇ ਸੈਸ਼ਨ ਦੇ ਇਹ ਨੋਟਸ ਹੈ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜੋ ਸਟੂਡੈਂਟਸ ਜਿਹੜੇ ਆ ਬੀਐਡ ਕਰ ਰਿਹਾ ਜਰਨਲ 2 ਇਅਰ ਕੋਰਸ ਫਰਸਟ ਸਮੈਸਟਰ ਦੇ ਵਿੱਚ ਹੈ ਸੋ ਜੇ ਫਰਸਟ ਪੇਜ ਦੀ ਜੇਕਰ ਮੈਂ ਗੱਲ ਕਰਾਂ ਤੇ ਸੈਕਿੰਡ ਦੀ ਅੰਦਰ ਦੇ ਨਾਲ ਲਿੰਕ ਲੱਗੇ ਹੋਏ ਆ ਤੁਸੀਂ ਦੇਖੋਗੇ ਜਿਵੇਂ ਆ ਲਿਖਿਆ ਲੱਗਾ ਹੋਇਆ ਨਾ ਜੇ ਲਿੰਕ ਇਹਨਾਂ ਤੇ ਜਦੋਂ ਤੁਸੀਂ ਟੱਚ ਕਰੋਗੇ ਨਾ ਤੁਸੀਂ ਡਾਇਰੈਕਟ ਜਿਹੜਾ YouTube ਚੈਨਲ ਤੇ ਪਹੁੰਚ ਜਾਓਗੇ ਸੈਕਿੰਡ ਨੰਬਰ ਤੇ ਪਲੇਲਿਸਟ ਦਾ ਜਿਹੜਾ ਲਿੰਕ ਆ ਉੱਥੇ ਤੁਸੀਂ ਪਹੁੰਚ ਜਾਓਗੇ ਪਲੇਲਿਸਟ ਜਿੱਥੇ ਕੀ ਤੁਹਾਨੂੰ ਸਾਰੀਆਂ ਤੀਆਂ ਸਾਰੀਆਂ ਜਿਹੜੀਆਂ ਫ੍ਰੀ ਵੀਡੀਓਜ਼ ਮਿਲਣਗੀਆਂ ਠੀਕ ਹੈ ਤੇ ਇਹ ਲਿੰਕ ਮੈਂ ਦੇ ਦਿੱਤੇ ਆ ਤਾਂ ਦਿੱਤੇ ਤਾਂ ਜੋ ਤੁਹਾਡੀ ਹੈਲਪ ਹੋ ਸਕੇ ਤੇ ਉੱਪਰ ਵੀ ਲਿੰਕ ਹੈ ਜੀ ਸੋ ਕੁਝ ਜਿਹੜੇ ਲਿੰਕ ਆਉ ਚੱਲਦੇ ਆ ਵਰਕਿੰਗ ਵਰਕ ਕਰਦੇ ਆ ਕੁਝ ਨਹੀਂ ਵੀ ਕਰਨਗੇ ਵਰਕ ਸੋ ਨੋਟਸ ਜੇਕਰ ਤੁਸੀਂ ਡਾਊਨਲੋਡ ਕਰਨੇ ਆ ਤੁਸੀਂ ਡਾਇਰੈਕਟ ਡਾਊਨਲੋਡ ਨੋਟਸ ਆਨਲਾਈਨ ਚਿੱਕਾ ਇੱਥੇ ਤੁਸੀਂ ਜਾ ਸਕਦੇ ਆ ਡਾਊਨਲੋਡ ਨੋਟਸ ਤੇ https://coursestudies.myinstagram.com ਇੰਦੇ ਤੇ ਜਾ ਸਕਦੇ ਹੋ ਇੱਥੋਂ ਤੁਹਾਨੂੰ ਜਿਹੜੇ ਨੋਟਸ ਆ ਜੀ ਇਹ ਮਿਲ ਜਾਣਗੇ ਸੋ ਬਹੁਤ ਹੀ ਮਿਹਨਤ ਲੱਗਦੀ ਹੈ ਜੀ ਤੁਹਾਡੇ ਲਈ ਨੋਟਸ ਰੈਡੀ ਕਰਨ ਦੇ ਲਈ ਸੈਟਿੰਗ ਕਰਨ ਦੇ ਲਈ ਸਾਰਾ ਸોર્ટ ਆਰਡਰ ਦੇਣ ਦੇ ਲਈ ਯੂਨਿਟ ਲਾਉਣ ਦੇ ਲਈ ਸਿਲੇਬਸ ਲਾਉਣ ਦੇ ਲਈ ਸੋ ਬਹੁਤ ਜ਼ਿਆਦਾ ਜਿਹੜੀ ਮੈਂ ਮਿਹਨਤ ਇੰਦੇ ਤੇ ਮੇਰੀ ਲੱਗੀ ਸੋ ਤੁਹਾਡੇ ਇਹ ਹੈਗੇ ਆ ਜੀ ਸੈਸ਼ਨ 2023-24 ਤੇ ਹੁਣ ਆਪਾਂ ਗੱਲ ਕਰਦੇ ਆ ਜੀ ਇੱਕ ਚਲਕ ਜ਼ਰੂਰ ਮੈਂ ਤੁਹਾਨੂੰ ਦਿਖਾਉਂਗੀ ਤੁਹਾਡੇ ਨੋਟਸ ਦੀ ਤੇ ਲੋਗੋ ਦੀ ਜਿਹੜੀ ਪ੍ਰੋਬਲਮ ਸੀ ਜੀ ਉਹ ਮੈਂ ਸੋਲਵ ਕਰਤੀ ਹੈ ਸਟੂਡੈਂਟਸ ਕਹ ਰਹੇ ਸੀ ਲੋਗੋ ਵੱਡਾ ਹੈ ਤਾਂ ਲੋਗੋ ਨੂੰ ਮੈਂ ਛੋਟਾ ਕਰ ਦਿੱਤਾ ਜੀ ਇਹ ਜਿੰਨੇ ਵੀ ਲਿੰਕ ਆ ਤੁਸੀਂ ਕਲਿੱਕ ਕਰੋਗੇ ਤਾਂ ਤੁਸੀਂ ਡਾਇਰੈਕਟ ਪਹੁੰਚ ਜਾਓਗੇ ਜਿਹੜੇ ਸਟਾਰਟਿੰਗ ਵਾਲੇ ਪੇਜ ਹੋਣਗੇ ਫਰਸਟ ਸੈਕਿੰਡ ਪੇਜ ਹੋਊਗਾ ਜਾਂ ਯੂਨਿਟ ਵਾਲੇ ਪੇਜ ਹੋਣਗੇ ਉਹ ਵਾਲੇ ਜਿਹੜੇ ਲਿੰਕ ਆ ਵਰਕਿੰਗ ਕਰਦੇ ਆ ਲਾਸਟ ਵਾਲੇ ਪੇਜ ਤੇ ਉਹ ਵੀ ਵਰਕਿੰਗ ਕਰਨਗੇ ਜੀ ਤੁਹਾਡੇ ਜਿਹੜੇ ਲਿੰਕ ਆ ਜੀ आज ओजी बीएड जर्नल फर्स्ट सेमेस्टर ਦਾ ਲਿੰਕ ਦੇ ਹੈਗਾ ਜੀ ਡਿਸਕ੍ਰਿਪਸ਼ਨ ਦੇ ਵਿੱਚ ਹੈ ਜੀ ਲੈ ਲਓ ਮੈਂ ਪੋਸਟ ਵੀ ਕੀਤਾ ਉੱਥੇ ਵੀ ਲਿੰਕ ਤੁਹਾਨੂੰ ਮਿਲ ਜੇਗਾ बीएड ਜਨਰਲ ਫਰਸਟ ਸੈਮੈਸਟਰ ਐਫ 1.3 ਟੈਕਨੀਕਸ ਆਫ ਟੀਚਿੰਗ ਇਹਦੇ ਵਿੱਚ ਯੂਨਿਟ 1 ਹੈ ਜੀ ਟੀਚਿੰਗ ਐਸ ਐ ਪ੍ਰੋਫੈਸ਼ਨ ਏ ਹੈ ਜੀ ਟੀਚਿੰਗ ਕਨਸੈਪਟ ਨੇਚਰ ਕੈਰੈਕਟਿਸਟਿਕਸ ਪ੍ਰਿੰਸੀਪਲਸ ਐਂਡ ਮੈਕਸਿਮਮਸ ਬ ਹੈ ਜੀ ਟੀਚਿੰਗ ਐਸ ਐ ਪ੍ਰੋਫੈਸ਼ਨ profession ਐthics ਆਫ ਟੀਚਰ ਐਂਡ ਟੀਚਰ ਅਕਾਊਂਟੇਬਿਲਟੀ Ref C as a reflective teaching concept and strategies for making teacher reflective ठीक uh, है ए वाला जेड़ा ਤੁਹਾਡਾ ਹੈਗਾ ਨਾ ਜੀ ਇਹ ਵੀ ਤੁਹਾਨੂੰ ਲੌਂਗ ਦੇ ਵਿੱਚ ਮਿਲੂਗਾ ਇਹ ਲੌਂਗ ਦੇ ਵਿੱਚ ਮਿਲੂਗਾ ਸੀ A ਤੇ C ਲੌਂਗ ਦੇ ਵਿੱਚ ਤੇ B ਤੁਹਾਨੂੰ ਮੈਂ ਸ਼ਾਰਟ ਦੇ ਲਈ ਇਹਨਾਂ ਨੋਟਸ ਦੇ ਵਿੱਚ ਪ੍ਰੋਵਾਈਡ ਕਰਵਾਇਆ ਜੀ ਅੱਗੇ ਜੀ ਯੂਨਿਟ ਸੈਕੰਡ ਹੈ ਜੀ ਟੀਚਿੰਗ ਟੈਕਨੋਲੋਜੀ ਸਿਮੂਲੇਟਡ ਟੀਚਿੰਗ ਕਨਸੈਪਟ ਪ੍ਰੋਸੀਜਰ ਮੈਟ ਐਂਡ ਲਿਮਿਟੇਸ਼ਨ ਲੌਂਗ ਦੇ ਲਈ ਮਿਲੇਗਾ ਜੀ ਤੁਹਾਨੂੰ ਮਾਈਕਰੋ ਟੀਚਿੰਗ ਕਨਸੈਪਟ ਪ੍ਰੋਸੀਜਰ ਮੈਰਿਟਸ ਐਂਡ ਲਿਮਿਟੇਸ਼ਨ ਸਕਿਲਸ ਆਫ ਮਾਈਕਰੋ ਟੀਚਿੰਗ ਇੰਟਰੋਡਕਸ਼ਨ ਕੁਐਸਚਨਿੰਗ ਐਕਸਪਲੇਨੇਸ਼ਨ ਰੀਇਨਫੋਰਸਮੈਂਟ ਸਿਮੂਲੇਸ਼ਨ ਵੈਰੀਏਸ਼ਨ ਸੋ ਇਨ ਦੇ ਐਕਸਪਲੇਨੇਸ਼ਨ ਦਾ ਮੈਂ ਨੋਟਸ ਅਲੱਗ ਤੋਂ ਜਿਹੜਾ ਵਿੱਚ ਐਡ ਕਰ ਦਿੱਤਾ ਕਿਉਂਕਿ ਇਹ YouTube ਤੇ ਹੈ ਨਹੀਂ ਸੀ ਵੀਡੀਓ ਵੀ ਮੈਂ ਅਪਲੋਡ ਕਰ ਦੇਣੀ ਹੈ ਇਹ ਸ਼ਾਰਟ ਦੇ ਲਈ ਹੈ ਸਾਰਾ ਨਹੀਂ ਇਹ ਵੀ ਲੌਂਗ ਦੇ ਲਈ ਹੈ ਬੀ ਵੀ ਠੀਕ ਹੈ ਜੀ ਸੀ ਹੈ ਜੀ ਜਿਹੜਾ ਪ੍ਰੋਗਰਾਮ ਇਨਸਟਰਕਸ਼ਨ ਐਂਡ ਇਟ ਇਸ ਟਾਈਪਸ ਕੰਪਿਊਟਰ ਅਸਿਸਟਡ ਇਨਸਟਰਕਸ਼ਨ ਸੀ ਏ ਆਈ ਇਹ ਤੁਹਾਡਾ ਸ਼ਾਰਟ ਦੇ ਲਈ ਹੋਵੇਗਾ ਠੀਕ ਹੈ ਇਹ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਤੁਹਾਨੂੰ ਕੀ ਕੋਈ ਜਿਹੜਾ ਨੋਟਸ ਤੁਹਾਡੇ ਦੇ ਵਿੱਚ ਮਿਲੇਗਾ ਕਿਉਂਕਿ ਤੁਸੀਂ ਪੇ ਕਰਨਾ ਹੈ ਮੈਨੂੰ ਇਸ ਦੇ ਲਈ ਯੂਨਿਟ 3 ਹੈ ਜੀ ਮਾਡਲਸ ਆਫ ਟੀਚਿੰਗ ਮਾਡਲਸ ਆਫ ਟੀਚਿੰਗ ਕਨਸੈਪਟ ਕੈਰੈਕਟਿਸਟਿਕਸ ਅ ਅਸੰਪਸ਼ਨਸ ਐਂਡ ਫੰਡਾਮੈਂਟਲ ਐਲੀਮੈਂਟਸ ਆਫ ਅ ਟੀਚਿੰਗ ਮਾਡਲ ਏ ਹੈ ਜੀ ਇਹ ਤੁਹਾਨੂੰ ਜਿਹੜਾ ਮਿਲ ਜੇਗਾ ਜੀ ਲੌਂਗ ਡੇਲੀ ਕਨਸੈਪਟ ਅਚੀਵਮੈਂਟ ਮਾਡਲ ਇਹ ਵੀ ਲੌਂਗ ਦੇ ਲਈ ਤੇ ਇਨਕੁਆਰੀ ਟ੍ਰੇਨਿੰਗ ਮਾਡਲ ਐਂਡ ਇਨਡਕਟਿਵ ਥਿੰਕਿੰਗ ਮਾਡਲ ਇਹ ਤੁਹਾਨੂੰ ਸ਼ਾਰਟ ਦੇ ਲਈ ਕੁਐਸਚਨ ਮਿਲਣਗੇ ਠੀਕ ਹੈ ਅੱਗੇ ਆ ਜਾਓ ਜੀ ਯੂਨਿਟ 4th ਹੈ ਜੀ ਟੀਚਿੰਗ ਐਜ਼ ਕਮਿਊਨੀਕੇਸ਼ਨ ਇਹ ਹੈ ਜੀ ਕਮਿਊਨੀਕੇਸ਼ਨ ਕਨਸੈਪਟ ਟਾਈਪਸ ਪ੍ਰਿੰਸੀਪਲ ਐਂਡ ਬੈਰੀਅਰਜ਼ ਇਨ ਕਮਿਊਨੀਕੇਸ਼ਨ ਇਹ ਤੁਹਾਨੂੰ ਲੌਂਗ ਦੇ ਲਈ ਮਿਲੇਗਾ ਮਲਟੀਮੀਡੀਆ ਇਨ ਐਜੂਕੇਸ਼ਨ ਟੈਲੀਕੌਨਫਰencing ਇੰਟਰਨੈਟ ਐਂਡ ਯੂਜ਼ ਆਫ ਮਲਟੀਮੀਡੀਆ ਪ੍ਰਾਇਰਿਟੇਸ਼ਨ ਐਂਡ ਸੈਟਲਾਈਟ ਕਮਿਊਨੀਕੇਸ਼ਨ ਇਹ ਵਾਲਾ ਤੁਹਾਨੂੰ ਜਿਹੜਾ ਹੈ ਜੀ ਸ਼ਾਰ ਸੀਐਜੀ ਰੀਸੈਂਟ ਟ੍ਰੈਂਡਸ ਇਨ ਟੀਚਿੰਗ ای-ਲਰਨਿੰਗ ਐਮ-ਲਰਨਿੰਗ ਓਪਨ ਐਜੂਕੇਰ ਸਰਸਸ ਐਮਓਸੀਐਸ ਐਂਡ ਰੋਲ ਆਫ سوشل میڈیا ਇਨ ਟੀਚਿੰਗ ਲੌਂਗ ਦੇ ਲਈ ਮਿਲੂਗਾ ਇਹ ਸਾਰੇ ਦੇ ਸਾਰੇ ਜਿਹੜੇ ਨੋਟਸ ਹੈ ਜੀ ਇਹਨਾਂ ਦੇ ਵਿੱਚ ਜਿਹੜੇ ਕਵਰ ਹੈ ਤੁਹਾਡੇ ਸਾਰੇ ਦੇ ਸਾਰੇ ਟੌਪਿਕ ਹੀ ਇੱਕ ਮੈਂ ਜਿਹੜਾ ਤੁਹਾਨੂੰ ਪਾਰਟ ਆ ਸ਼ਾਰਟ ਦੇ ਲਈ ਕਰਵਾਇਆ ਕਵਰ ਇਹਦੇ ਵਿੱਚ ਤੇ ਬਾਕੀ ਮੈਂ ਲੌਂਗ ਦੇ ਲਈ ਕਰਵਾਇਆ ਤੇ ਫ੍ਰੀ ਜਿਹੜੀਆਂ ਵੀਡੀਓਜ਼ ਦੀ ਜੇਕਰ ਮੈਂ ਗੱਲ ਕਰਾਂ ਤੇ ਜੀ ਫ੍ਰੀ ਜਿਹੜੀਆਂ ਵੀਡੀਓਜ਼ ਹੈ ਜੀ ਸਾਰੇ ਨੋਟਸ ਤੇ ਜਿੰਨੇ ਵੀ ਤੁਸੀਂ ਲਓਗੇ ਠੀਕ ਹੈ ਫਰੀ ਵੀਡੀਓਜ਼ अवेलेबल ਹੈਗੀਆਂ ਇਹ YouTube ਤੇ ਪਲੇਲਿਸਟ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਦੇ ਦੂੰਗੀ ਤੇ ਆਪਣੇ ਚੈਨਲ ਤੇ ਵੀ ਤੁਸੀਂ ਜਿਹੜਾ ਦੇਖ ਸਕਦੇ ਹੋ ਆਜੋ ਅੱਗੇ ਹੁਣ ਆਪਾਂ ਚਲ ਕੇ ਤੁਹਾਨੂੰ ਦਿਖਾਣੀ ਹੈ ਜੀ ਕੀ ਕੁਛ ਹੈ ਇਹ ਤੁਹਾਡਾ ਇਹਦਾ ਫਰਸਟ ਪਾਰਟ ਆਵੇਗਾ ਇਹ ਜਿਹੜੇ ਇਦਾਂ ਦੇ ਜਿਹੜੇ ਲਿੰਕ ਆ ਜੀ ਇਹ ਵਰਕ ਕਰਦੇ ਆ ਠੀਕ ਹੈ ਕਲਿੱਕ ਕਰੋਗੇ ਤਾਂ ਡਾਇਰੈਕਟ ਪਹੁੰਚ ਜਾਓਗੇ ਤੁਸੀਂ ਸਾਈਟ ਤੇ ਹਾਂਜੀ ਯੂਨਿਟ 1 ਹੈ ਜੀ ਦੇਖੋ ਹੁਣ ਤੁਸੀਂ ਯੂਨਿਟ 1 ਦਾ ਫਰਸਟ ਆ ਜਾਂਦਾ ਜੀ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਟੀਚਿੰਗ ਦਾ ਕਨਸੈਪਟ ਕਨਸੈਪਟ ਮਿਲ ਜਾਣਾ ਦੀ ਤੁਹਾਨੂੰ ਟੀਚਿੰਗ ਦਾ ਦੇਖੋਗੇ ਤੁਸੀਂ मीनिंग ਆਫ ਟੀਚਿੰਗ ਮਿਲੂਗਾ ਠੀਕ ਹੈ ਸਾਰਾ ਕਨਸੈਪਟ ਮਿਲੂਗਾ ਟੀਚਿੰਗ ਦਾ ਸਿਧਾਂਤ ਪ੍ਰਿੰਸੀਪਲਸ ਮਿਲਣਗੇ ਜਿਹਨ ਦੇ ਵਿੱਚ ਤੁਹਾਨੂੰ ਅੱਗੇ ਆ ਜਾਓ ਅ ਨੇਚਰ ਕੈਰੈਕਟਿਸਟਿਕਸ ਮਿਲ ਜਾਣਗੇ ਆ ਪ੍ਰਿੰਸੀਪਲ ਦਾ ਕਨਸੈਪਟ ਉੱਪਰ ਮਿਲ ਗਿਆ ਟੀਚਿੰਗ ਦਾ ਨੇਚਰ ਕੈਰੈਕਟਿਸਟਿਕਸ ਇਥੋਂ ਮਿਲ ਜਾਣਗੇ ਅੱਗੇ ਆ ਜਾਓ ਬਸ ਸਿਕਸ਼ਲ ਕੀ ਤੁਹਾਨੂੰ ਦਿਖਾਉਣੀ ਹੈ ਟੀਚਿੰਗ ਐਜ਼ ਆ ਪ੍ਰੋਫੈਸ਼ਨ ਪ੍ਰੋਫੈਸ਼ਨਲ ਐਥਿਕਸ ਆਫ ਟੀਚਰ ਐਂਡ ਟੀਚਿੰਗ ਆਕਾਉਂਟਬਿਲਟੀ ਸ਼ੋਰਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਠੀਕ ਹੈ ਚਲੋ ਆਜੋ ਅੱਗੇ రిఫ్లెక్టివ్ టీచింగ్ కాన్సెప్ట్ అండ్ స్ట్రాటజీక్స్ ఫర్ మేకింగ్ టీచర్ రిఫ్లెక్టివ్ ఏవి తను మిల్జుగా ਠੀਕ ਹੈ ਸੀ ਲੌంగ్ ਦੇ ਲਈ ਯੂਨਿਟ 1 ਦਾ ਜੀ ਆਜੋ ਅੱਗੇ ਆਗੋ ਆ ਗਿਆ ਜੀ ਯੂਨਿਟ 2 స్టార్ట్ ਹੋ ਗਿਆ ਸਿਮੂਲੇਟਰ ਟੀਚਿੰਗ ਮਿਲੂਗਾ ਜੀ ਤੁਹਾਨੂੰ ਠੀਕ ਹੈ ਅੱਗੇ ਆਜੋ ਇਹ ਚਲ ਕਾ ਜੀ ਇੱਕ ਕਿਉਂਕਿ ਜ਼ਰੂਰੀ ਹੈ ਤੁਹਾਨੂੰ ਦਿਖਾਉਣੀ ਤੁਹਾਨੂੰ ਪਤਾ ਹੋਵੇ ਤੁਹਾਨੂੰ ਕੀ ਮਿਲ ਰਿਹਾ ਮਾਈਕਰੋ ਟੀਚਿੰਗ ਆ ਗਈ ਤੁਹਾਨੂੰ ਇਹ ਸਾਰਾ ਤੁਹਾਡਾ ਮਾਈਕਰੋ ਟੀਚਿੰਗ ਦਾ ਟਾਪਿਕ ਮੈਂ ਕੰਪਲੀਟ ਕਰਵਾਇਆ ਹੋਇਆ ਅੱਗੇ ਆਜੋ ਇਹ ਮਾਈਕਰੋ ਟੀਚਿੰਗ ਦੇ ਸਕਿੱਲਸ ਆ ਜਾਣਗੇ ਸਕਿਲਸ ਆ ਮੈਂ ਕਰਵਾਏ ਹੋਏ ਪੂਰੇ ਅੱਗੇ ਆਜੋ ਜੀ ਪ੍ਰੋਗਰਾਮ ਇਨਸਟਰਕਸ਼ਨਸ ਐਂਡ ਈਟੀ ਟਾਈਪਸ ਠੀਕ ਹੈ ਇਹ ਮਿਲ ਜਾਊਗਾ ਤੁਹਾਨੂੰ ਸਾਰੇ ਦਾ ਸਾਰੇ ਜਿਹੜੇ ਟਾਪਿਕ ਹੈ ਜੀ ਕੰਪਲੀਟ ਕਰਵਾਏ ਹੋਏ ਇਹ ਨਹੀਂ ਹੈਗਾ ਕਿ ਕੋਈ ਵੀ ਜਿਹੜਾ ਟਾਪਿਕ ਨਹੀਂ ਹੋਇਆ ਯੂਨਿਟ 3 ਆਜੋ ਮਾਡਲਸ ਮਾਡਲ ਮਾਡਲ ਆਗੇ ਜੀ ਇਹ ਸਾਰੀ ਕੰਟੈਂਟ ਅਟੇਨਮੈਂਟ ਮਾਡਲ ਆ ਗਿਆ ਠੀਕ ਹੈ ਸਾਰੇ ਦੇ ਸਾਰੇ ਤੁਹਾਨੂੰ ਟਾਪਿਕ ਮਿਲਣਗੇ ਜੀ ਇਨਕੁਆਇਰੀ ਟ੍ਰੇਨਿੰਗ ਮਾਡਲ ਸਾਰਾ ਜਿਵੇਂ ਵੀ ਹੈ ਯੂਨਿਟ 4 ਆ ਗਿਆ ਅੱਗੇ ਇੰਦੇ ਚ ਕਮਿਊਨੀਕੇਸ਼ਨ ਕਨਸੈਪਟ ਮਿਲੂਗਾ ਟਾਈਪਸ ਪ੍ਰਿੰਸੀਪਲ ਬੈਰੀਅਰਸ ਲੋਗੋ ਛੋਟਾ ਕਰ ਦਿੱਤਾ ਜੀ ਠੀਕ ਆ ਕਮਿਊਨੀਕੇਸ਼ਨ ਦਾ ਸਟਾਰਟ ਹੋ ਗਿਆ ਜਦੋਂ ਪੜੋਗੇ ਤਾਂ ਤੁਹਾਨੂੰ ਸਾਰਾ ਕੁਝ ਜਿਹੜਾ ਕਲੀਅਰ ਹੋ ਜਾਣਾ ਆ ਕਮਿਊਨੀਕੇਸ਼ਨ ਦੇ ਆਗਿਆ ਤੇ ਬੈਰੀਅਰਸ ਹੋਣਗੇ ਸਾਰੇ ਤੁਹਾਨੂੰ ਮਿਲ ਜਾਣੇ ਟਾਈਪਸ ਆਗੀਆਂ ਦੇਖੋਗੇ ਤੁਸੀਂ ਟਾਈਪਸ ਆਫ ਕਮਿਊਨੀਕੇਸ਼ਨ ਵੀ ਇੱਥੇ ਸਾਰਾ ਨੋਟਸ ਤੇ ਅੱਗੇ ਆਜੋ ਜੀ ਮਲਟੀਮੀਡੀਆ ਇਨ ਐਜੂਕੇਸ਼ਨ ਟੈਲੀਕਾਨਫਰੈਂਸ ਇਹ ਸਾਰੇ ਛੋਟੇ ਮਿਲ ਜਾਣਗੇ ਤੁਹਾਨੂੰ ਠੀਕ ਹੈ ਅੱਗੇ ਆਜੋ ਰੀਸਰਚ ਟ੍ਰੈਂਡਸ ਜੀ ਲਰਨਿੰਗ ਵਗੈਰਾ ਸਾਰੇ ਦੇ ਸਾਰੇ ਮਤਲਬ ਤੁਹਾਡਾ ਜਿਹੜਾ ਸਿਲੇਬਸ ਜੀ ਇਹਦੇ ਚ ਕਵਰ ਹੈ ਜੀ ਰੀਸਰ ਟ੍ਰੈਂਡਸ ਇਨ ਟੀਚਿੰਗ ਜੀ ਲਰਨਿੰਗ ਐਮ ਲਰਨਿੰਗ ਆਪਨ ਸੋਰਸ ਆ ਸਾਰੇ ਤੁਹਾਨੂੰ ਲੌਂਗ ਦੇ ਲਈ ਮਿਲਣਗੇ ਠੀਕ ਹੈ ਸੋ ਇਹ ਸੀਗਾ ਜੀ ਤੁਹਾਡੇ ਨੋਟਸ ਤੇ ਇਹਨਾਂ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਆ ਪਲੇਲਿਸਟ ਆ ਫ੍ਰੀ ਬਿਲਕੁਲ ਤੁਹਾਡੇ ਫ੍ਰੀ ਨੇ ਇਹਨਾਂ ਸਾਰੇ ਨੋਟਸ ਤੇ ਫ੍ਰੀ ਵੀਡੀਓਜ਼ ਬਣੀਆਂ ਹੋਈਆਂ ਉਹ ਵੀ ਤੁਹਾਨੂੰ ਜਿਹੜੀਆਂ ਆ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੇ ਜਿਨ੍ਹਾਂ ਨੇ ਬਾਏ ਕਰਨੇ ਆ ਉਹ ਬਾਏ ਕਰ ਸਕਦੇ ਆ ਆਪ ਦਾ ਈਮੇਲ ਆਪਣਾ ਨੇਮ ਆਪ ਦਾ ਫੋਨ ਨੰਬਰ ਬਿਲਕੁਲ ਸਹੀ ਫਿਲ ਕਰੋ ਫੇਰ ਹੀ ਤੁਸੀਂ ਨੋਟਸ ਲੈ पाओगे ਠੀਕ ਹੈ ਸੋ ਬਾਕੀ ਵੀ ਮੈਂ ਜਿਹੜੇ ਨੋਟਸ ਹੈ ਤੇ ਨੋਟਸ ਹੈ ਜੀ ਉਹ ਵੀ ਤੁਹਾਨੂੰ ਮੈਂ ਜਲਦ ਜਿਹੜੇ ਕਵਰ ਆ ਉਹ ਕਰਵਾ ਦੇਣੀ ਆ ਸੋ ਇਹ ਆਪਣਾ ਸਾਰੇ ਜਿਹੜੇ ਲਿੰਕ ਦਿੱਤੇ ਹੋਏ ਨੇ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ WhatsApp ਦੇ ਗਰੁੱਪ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਜੀ ਕਮੈਂਟ ਕਰਕੇ ਦੱਸ ਦਿਓ ਜੇਕਰ ਕੋਈ ਪ੍ਰੋਬਲਮ ਆਉਂਦੀ ਆ ਲੋਗੋ ਦੀ ਪ੍ਰੋਬਲਮ ਸੀ ਲੋਗੋ ਆਪਾਂ ਠੀਕ ਕਰ ਲਿਆ ਥੈਂਕਸ ਫॉर ਵਾਚਿੰਗ